ਅੱਜ ਦੇ ਆਪਣੇ ਨੌਜਵਾਨ ਸਭ ਕੁਝ ਛੱਡ ਕੇ ਸਭ ਕੁਝ ਭੁਲਾ ਕੇ ਆਪਣੇ ਪੰਥ ਨੂੰ ਪੰਜਾਬ ਨੂੰ ਇੱਥੋਂ ਤੱਕ ਕਿ ਆਪਣੀਆਂ ਜ਼ਮੀਨੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਕਦੀ ਵੀ ਨਹੀਂ ਸੀ ਛੱਡੀਆਂ ਅਬਦਾਲੀ ਨਾਦਰ ਵੇਲੇ ਵੀ ਛੱਡੀਆਂ ਉਹ ਵੇਚ ਕੇ ਤੁਸੀਂ ਬਾਹਰ ਜਾ ਰਹੇ ਇਹ ਸੋਚਣ ਵਾਲੀ ਗੱਲ ਹੈ ਕਿ ਬਹੁਤ ਵੱਡਾ ਫਰਕ ਹੈ ਕੈਨੇਡਾ ਬਣਿਆ।